ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਸਰਕਾਰ ਨੇ ਥੁੱਕ ਕੇ ਚੱਟਣ ਵਾਲਾ ਕੰਮ ਕੀਤਾ ਹੈ, ਕਿਉਂਕਿ ਸਰਕਾਰ ਦੇ ਨਾਲ ਲੰਬੇ ਸਮੇਂ ਤੋਂ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਜਿਹੜੀ ਹੈ ਸਰਕਾਰ ਦੀ ਅੱਖ ਤੇ ਸੀਗੀ। ਵੱਡਾ ਹਿੱਸਾ ਜ਼ਮੀਨ ਹੈ, ਕਾਫੀ ਜ਼ਮੀਨ ਹੈ ਪੰਜਾਬ ਦੇ ਅੰਦਰ, ਔਰ ਸਰਕਾਰ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਚਾਇਤਾਂ ਦੇ ਕਬਜ਼ੇ ਚ ਕੀਤੀ ਜਾਏ ਤੇ ਪੰਚਾਇਤਾਂ ਤੋਂ ਬਾਅਦ ਮੁੜ ਕੇ ਆਪਣੇ ਕਬਜ਼ੇ ਚ ਕਰ ਲਈ ਜਾਏ। ਉਸ ਤੋਂ ਅੱਗੇ ਕੁਝ ਕਿਸਾਨਾਂ ਨੇ, ਆਬਾਦਕਾਰ ਕਿਸਾਨ ਜਿਨ੍ਹਾਂ ਨੇ ਲੰਬੇ ਸਮੇਂ ਤੋਂ, ਕਾਫੀ ਲੰਬੇ ਅਰਸੇ ਤੋਂ ਜ਼ਮੀਨਾਂ ਆਬਾਦ ਕੀਤੀਆਂ ਸੀ, ਗੈਰ ਆਬਾਦ ਪਈਆਂ ਜ਼ਮੀਨਾਂ ਆਬਾਦ ਕੀਤੀਆਂ ਸੀ, ਕਿਸੇ ਨੂੰ 40 ਸਾਲ ਹੋ ਗਏ, ਕਿਸੇ ਨੂੰ 50 ਸਾਲ ਹੋ ਗਏ, ਕਿਸੇ ਨੂੰ 60 ਸਾਲ ਹੋ ਗਏ, ਕਿਸੇ ਨੂੰ 72-72 70-70 ਸਾਲ, 100-100 ਸਾਲ ਵੀ ਹੋ ਗਏ, ਇਹੋ ਜਿਹੇ ਲੋਕ ਨੇ। ਔਰ ਸਰਕਾਰ ਨੇ ਇਹ ਮੰਨਿਆ ਕਿ ਅਸੀਂ ਜਿਹੜੀ ਇਹ ਕਾਸ਼ਤਕਾਰ ਨੇ, ਜਿਹੜੇ ਕਿਸਾਨ, ਜਿਹੜੇ ਇਹ ਆਬਾਦਕਾਰ ਕਿਸਾਨ ਨੇ, ਇਹਨਾਂ ਨੂੰ ਹੱਕ ਮਾਲਕੀਅਤ ਦੇਵਾਂਗੇ। ਔਰ ਉਸ ਮੰਗ ਨੂੰ ਮੰਨਣ ਤੋਂ ਬਾਅਦ ਕੁਝ ਅਧਿਕਾਰੀ ਤੇ ਕੁਝ ਕਿਸਾਨ ਆਗੂ, ਉਹਨਾਂ ਦੀ ਮਿਲ ਕੇ ਇੱਕ ਕਮੇਟੀ ਬਣੀ, ਔਰ ਕਮੇਟੀ ਦੀਆਂ ਦੋ ਮੀਟਿੰਗਾਂ ਵੀ ਹੋਈਆਂ। ਹੁਣ ਕਮੇਟੀ ਇਸ ਲਈ ਬਣੀ ਸੀ ਕਿ ਆਈਡੈਂਟੀਫਾਈ ਕਰਨਾ ਹੈ ਕਿ ਇਹ ਜਿਹੜੀ ਜ਼ਮੀਨ ਵਾਹ ਰਹੇ ਨੇ, ਇਹ ਸੱਚੀਓ ਕਿਸਾਨ ਵਾਹ ਰਹੇ ਨੇ ਜਾਂ ਕਿਤੇ ਕੈਪਟਨ ਬਾਦਲ ਕੇ ਤਾਂ ਨਹੀਂ ਵਾਹ ਰਹੇ, ਕੋਈ ਪੋਲੀਟੀਕਲ ਬੰਦੇ ਤਾਂ ਨਹੀਂ ਵਾਹ ਰਹੇ। ਇਸ ਗੱਲ ਦੀ ਪੜਤਾਲ ਕਰਨੀ ਸੀ। ਦੋ ਮੀਟਿੰਗਾਂ ਹੁੰਦੀਆਂ ਨੇ ਇਸ ਕਮੇਟੀ ਦੀਆਂ, ਉਸ ਤੋਂ ਬਾਅਦ ਕਮੇਟੀ ਨੂੰ ਵੀ ਠੰਡੇ ਬਸਤੇ ਪਾ ਦਿੱਤਾ ਜਾਂਦਾ, ਔਰ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਦੇ ਉੱਤੇ ਫਿਰ ਦੁਬਾਰਾ ਵਾਰ ਕਰ ਦਿੱਤਾ ਜਾਂਦਾ ਹੈ, ਔਰ ਚੁੱਪ ਚਪੀਤੇ ਹੀ ਕੈਬਨਿਟ ਦੀ ਮੀਟਿੰਗ ਸੱਦ ਕੇ ਉਹਦੇ ਚ ਫੈਸਲਾ ਲਿਆ ਜਾਂਦਾ ਕਿ ਇਸ ਜ਼ਮੀਨ ਨੂੰ ਪੰਚਾਇਤਾਂ ਦੇ ਨਾਂ ਹੱਕ ਮਾਲਕੀ ਤਬਦੀਲ ਕਰ ਦਿਓ। ਫਿਰ ਲੜਾਈ ਸ਼ੁਰੂ ਹੋਈ ਫਰੀਦਕੋਟ ਦੇ ਅੰਦਰ, ਟਹਿਣਾ ਟੀ ਪੁਆਇੰਟ ਤੇ ਇਹ ਅੰਦੋਲਨ ਸ਼ੁਰੂ ਹੋਇਆ। ਉਸ ਅੰਦੋਲਨ ਦੇ ਵਿਚ ਮਾਨਯੋਗ ਖੇਤੀਬਾੜੀ ਮੰਤਰੀ ਜੀ ਕੁਲਦੀਪ ਧਾਲੀਵਾਲ ਜੀ ਔਰ ਨਾਲ ਉਸ ਸਮੇਂ ਦੇ ਅਫਸਰ, ਆਪ ਸਭ ਨੂੰ ਪਤਾ ਹੈ ਬਹੁਤ ਸਾਰੀਆਂ ਪ੍ਰੋਗਰਾਮਾਂ ਨੂੰ ਅਟੈਂਡ ਕਰਦੇ ਨੇ, ਸਰਦਾਰ ਜਸਕਰਨ ਸਿੰਘ ਜੀ ADGP ਸਾਹਿਬ, ਉਹ ਉੱਥੇ ਗਏ। ਉੱਥੇ ਜਾ ਕੇ ਉਹਨਾਂ ਨੇ ਇਹ ਇੱਕ ਵੀਡੀਓ ਪਈ ਹੈ ਜਿਹਦੇ ਵਿਚ ਸਪਸ਼ਟ ਕਿਹਾ ਗਿਆ ਕਿ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਬਿਲਕੁਲ ਨਹੀਂ ਖੋਵਾਂਗੇ, ਔਰ ਉਹਦਾ ਲੈਟਰ ਆਇਆ ਉਸੇ ਦਿਨ ਉੱਥੇ ਕਿ ਅਸੀਂ ਇਹ ਰੱਦ ਕਰਦੇ ਹਾਂ ਜਿਹੜੀ ਚਿੱਠੀ ਹੈ। ਫਿਰ ਅਗਲੀ ਗੱਲ, ਜਿਹੜੇ ਕਿਸਾਨ ਵਿਚਾਰੇ ਆਬਾਦਕਾਰ ਨੇ ਉਹਨਾਂ ਨੂੰ ਹੱਕ ਮਾਲਕੀਅਤ ਦੇਵਾਂਗੇ, ਇਹ ਉਸ ਮੀਟਿੰਗ ਦੇ ਵਿਚ ਮੰਨ ਲਿਆ ਗਿਆ। ਔਰ ਲਗਾਤਾਰ ਆਮ ਆਦਮੀ ਪਾਰਟੀ ਆਪਣੇ ਚਹੇਤਿਆਂ ਨੂੰ, ਫਿਰੋਜ਼ਪੁਰ ਦਾ MLA ਆਪਣੇ ਕੁਝ ਚਹੇਤੇ ਬੰਦਿਆਂ ਨੂੰ ਉਹ ਜ਼ਮੀਨ ਦਵਾਉਣੀ ਚਾਹੁੰਦਾ ਜਿੱਥੇ ਉਹਨਾਂ ਦਾ ਕਦੇ ਵੀ ਕੋਈ ਕਬਜ਼ਾ ਨਹੀਂ ਹੋਇਆ, ਜਿੱਥੇ ਉਹਨਾਂ ਨੇ ਕਦੇ ਉਹ ਜ਼ਮੀਨ ਵਾਹੀ ਨਹੀਂ। ਔਰ ਜਿਹੜੇ ਕਿਸਾਨ ਲਗਾਤਾਰ 30-30, 35-35, 40-40 ਸਾਲ ਤੋਂ ਜ਼ਮੀਨ ਵਾਹੁੰਦੇ ਆ ਰਹੇ ਨੇ, ਉਹਨਾਂ ਨੂੰ ਉਸ ਜ਼ਮੀਨ ਦੇ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਦੇ ਵਿਚ ਉਹ ਜ਼ਮੀਨ ਦੀ ਬੋਲੀ ਰੱਖੀ ਗਈ। DC ਉਸ ਵੇਲੇ ਦੀ DC ਫਿਰੋਜ਼ਪੁਰ ਨੇ, SDM ਨੇ ਮਿਲੀ ਭੁਗਤ ਦੇ ਨਾਲ MLA ਸਾਹਿਬ ਦੇ ਇਸ਼ਾਰੇ ਤੇ
ਉਹ ਜ਼ਮੀਨ ਤੇ 45 ਲਾਈ, ਫਿਰ ਉਹ ਇੱਥੇ 46 ਲਾਈ ਕਿ ਇਹਨਾਂ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਖੇਤ ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਹ ਪੂਰਾ ਯਤਨ ਹੋਇਆ, ਲੇਕਿਨ ਮਜਬੂਰਨ ਜਿਹੜੇ ਕਿਸਾਨ ਵਿਚਾਰੇ ਉਸੇ ਜ਼ਮੀਨ ਤੇ ਰੋਟੀ ਖਾਂਦੇ ਨੇ, ਉਹ ਇਸ ਅੰਦੋਲਨ ਦੇ ਚੱਲਣ ਦੇ ਨਾਲ ਨਾਲ ਉਹਨਾਂ ਨੂੰ ਆਪਦਾ ਅੰਦੋਲਨ ਵੀ ਉੱਥੇ ਸ਼ੁਰੂ ਕਰਨਾ ਪੈ ਰਿਹਾ ਇਸ ਜ਼ਮੀਨ ਨੂੰ ਲੈ ਕੇ। ਤਾਂ ਬੇਨਤੀ ਹੈ ਦੋਸਤੋ, ਉਹ ਅੰਦੋਲਨ ਕਰਨ ਵਾਸਤੇ ਪਿਛਲੇ ਲਗਭਗ 20 ਦਿਨ ਤੋਂ ਇੱਕ ਕਿਸਾਨ ਜ਼ਮੀਨ ਦਾ ਮਾਲਕ ਲਗਾਤਾਰ ਸਰਕਾਰ ਨੂੰ ਰੋਸ ਦਿਖਾਉਣ ਵਾਸਤੇ ਮਰਨ ਵਰਤ ਤੇ ਬੈਠਾ ਸੀ। ਅੱਜ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ, ਹੁੱਲੜਬਾਜ਼ੀ ਕਰਦਿਆਂ, ਬਿਲਕੁਲ ਉਹ ਜਿਹੜੇ ਕੀਤੇ ਵਾਅਦਿਆਂ ਤੋਂ ਭੱਜ ਕੇ ਮੁੱਕਰ ਕੇ ਉਸ ਕਿਸਾਨ ਨੂੰ ਚੁੱਕ ਕੇ ਹਸਪੀਟਲ ਐਡਮਿਟ ਕੀਤਾ ਹੈ। ਮੇਰੀ ਬੇਨਤੀ ਹੈ ਕਿ ਬਈ ਤੁਸੀਂ ਐਡਮਿਟ ਕਰਕੇ ਤੁਸੀਂ ਉਹਨਾਂ ਦਾ ਹੱਕ ਮਾਲਕੀਅਤ ਨਹੀਂ ਦੇ ਰਹੇ ਤੇ ਐਡਮਿਟ ਕਰਕੇ ਇਹਨੂੰ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਹੋਣਾ ਨਹੀਂ। ਸਰਕਾਰ ਸ਼ਾਇਦ ਭਰਮ ਪਾਲ ਬੈਠੀ ਹੈ ਕਿ ਇਸ ਤਰ੍ਹਾਂ ਕਰਕੇ ਇਸ ਮਸਲੇ ਦਾ ਹੱਲ ਕਰ ਲਾਂਗੇ, ਨਹੀਂ ਹੋਣਾ। ਇਹ ਉਹ ਕਿਸਾਨ ਜਿਹੜੇ ਜ਼ਮੀਨ ਦੇ ਮਾਲਕ ਨੇ, ਜਿਹੜੇ ਲੰਬੇ ਸਮੇਂ ਤੋਂ ਕਾਸ਼ਤਕਾਰ ਨੇ, ਇਹ ਜ਼ਮੀਨ ਉਹਨਾਂ ਕਿਸਾਨਾਂ ਦੀ ਹੈ ਤੇ ਸਰਕਾਰ ਨੂੰ ਇਹ ਜ਼ਮੀਨ ਅੱਗੇ ਪਿੱਛੇ ਉਹਨਾਂ ਨੂੰ ਦੇਣੀ ਪੈਣੀ ਹੈ। ਸਾਨੂੰ ਕਿੱਡੀ ਵੀ ਲੜਾਈ ਲੜਨੀ ਪਵੇ, ਅਸੀਂ ਇਹ ਤੇ ਲੜਾਈ ਲੜਾਂਗੇ। ਔਰ ਸਰਕਾਰ ਇਸ ਆਪਦੀ ਕਰਤੂਤ ਤੋਂ ਪਿੱਛੇ ਹਟੇ, ਉਸ ਕਿਸਾਨ ਨੂੰ ਆਪਦੀ ਮਨ ਮਰਜ਼ੀ ਤੇ ਛੱਡੇ, ਉਹਨੂੰ ਕਿਉਂ ਨੀ, ਜਦੋਂ ਵਾਇਦਾ ਕੀਤਾ ਉਹਨੂੰ ਹੱਕ ਮਾਲਕੀਅਤ ਕਿਉਂ ਨੀ ਦਿੱਤਾ ਜਾਂਦਾ ਉਹਨਾਂ ਨੂੰ, ਕਿਉਂ ਨੀ ਉਸ ਪੈਲੀ ਦੇ ਜ਼ਮੀਨ ਦੇ ਉੱਤੋਂ ਜਿਹੜਾ ਐਸ ਡੀ ਐਮ ਨੇ ਮਿਲੀ ਭੁਗਤ ਦੇ ਨਾਲ, ਐਮ ਐਲ ਏ ਦੀ ਮਿਲੀ ਭੁਗਤ ਦੇ ਨਾਲ ਜਿਹੜੀ 45 ਲਈ ਕਿਉਂ ਨੀ ਤੋੜੀ ਜਾ ਸਕਦੀ ਜੀ ਉਹ। ਸੋ ਇਸ ਕਰਕੇ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਗਰ ਸਰਕਾਰ ਇਸੇ ਤਰ੍ਹਾਂ ਇਸ ਧੱਕੇਸ਼ਾਹੀ ਤੇ ਉਤਰੀ ਰਹੀ, ਫਿਰ ਸਾਨੂੰ ਮਜਬੂਰਨ ਉਸ ਜ਼ਿਲ੍ਹੇ ਦੀ ਸਪੋਰਟ ਤੇ ਆਂਢੀ ਗੁਆਂਢੀ ਜ਼ਿਲ੍ਹਿਆਂ ਨੂੰ ਭੇਜਣਾ ਪਏਗਾ। ਫਿਰ ਜੋ ਹਾਲਾਤ ਬਣਨਗੇ ਉਹਨਾਂ ਹਾਲਾਤਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ। ਮੈਂ ਫਿਰ ਦੁਬਾਰਾ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਔਰ ਫਿਰੋਜ਼ਪੁਰ ਦੇ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਦਾ ਕਿ ਉਹ ਕਿਸਾਨਾਂ ਦੀ ਜ਼ਮੀਨ ਹੈ, ਉਹ ਕਾਸ਼ਤਕਾਰ ਕਿਸਾਨਾਂ ਦੀ ਜ਼ਮੀਨ ਹੈ, ਉਹ ਆਬਾਦਕਾਰ ਕਿਸਾਨਾਂ ਦੀ ਜ਼ਮੀਨ ਹੈ, ਉਸ ਜ਼ਮੀਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਐਮ ਐਲ ਏ ਨੂੰ ਜਾਂ ਕਿਸੇ ਦੂਜੇ ਤੀਜੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਏਗਾ। ਸੋ ਇਹ ਮੇਰੀ ਅਪੀਲ ਹੈ ਸਾਡੀ ਸਰਕਾਰ ਨੂੰ ਔਰ ਆਪ ਸਭ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਸੁਣ ਰਹੇ ਨੇ, ਉਹਨਾਂ ਸਭ ਨੂੰ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਤੱਕ, ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੱਕ ਇਹ ਪਹੁੰਚ ਸਕੇ ਤਾਂ ਕਿ ਸਾਡੇ ਉਸ ਕਿਸਾਨ ਨੂੰ ਇਨਸਾਫ ਮਿਲ ਸਕੇ। ਅਗਰ ਉੱਥੇ ਕੋਈ ਹੋਰ ਵਧਮਾ ਕਾਰਵਾਈ ਹੁੰਦੀ ਹੈ, ਕੋਈ ਹੋਰ ਵਧਮਾ ਕੋਈ ਐਕਸ਼ਨ ਹੁੰਦਾ, ਫਿਰ ਉਹਦੀ ਜ਼ਿੰਮੇਵਾਰ ਜਿਹੜਾ ਸਾਡਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਏਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।